ਜ਼ਿੰਮੇਦਾਰ ਦੋਸਤੋ ਸਲਾਮ ਅਲੈਕੁਮ ਅੱਜ ਜਨਵਰੀ ਦੀ 21 ਤਰੀਕ ਹੈ 2023 ਸਰਦੀ ਦਾ ਮੌਸਮ ਹੈ ਔਰ ਪੂਰੀ ਦੁਨੀਆ ਦਾ ਜਿਹੜਾ ਵੈਦਰ ਹੈ ਜਾਂ ਮੌਸਮ ਹੈ ਜਾਂ ਕਲਾਈਮੇਟ ਹੈ ਉਹ ਚੇਂਜ ਹੋ ਗਿਆ ਹੈ ਪਤਾ ਨਹੀਂ ਲੱਗ ਰਿਹਾ ਸਰਦੀ ਕਿੰਨੇ ਦਿਨ ਰਹਿਣੀ ਹੈ ਕਿੰਨੇ ਦਿਨ ਨਹੀਂ ਰਹਿਣੀ ਕੋਰਾ ਕਦੋਂ ਪੈਣਾ ਹੈ ਕਦੋਂ ਨਹੀਂ ਪੈਣਾ ਧੁੰਦ ਕਦੋਂ ਆ ਜਾਣੀ ਕਦੋਂ ਨਹੀਂ ਆ ਜਾਣੀ ਔਰ ਫਸਲਾਂ ਦਾ ਮੌਸਮ ਨਾਲ ਇੱਕ ਬੜਾ ਗਹਿਰਾ ਤਾਲੁਕ ਹੈ ਮੌਸਮੀ ਆਤੀ ਸੂਰਤ ਹੈ ਹਾਲ ਫਸਲਾਂ ਦੇ ਉੱਤੇ ਅਸਰ ਅੰਦਾਜ਼ ਹੁੰਦੀ ਹੈ ਔਰ ਕਲੀਦੀ ਤੌਰ ਤੇ ਇਹਦਾ ਕਿਰਦਾਰ ਹੁੰਦਾ ਹੈ ਮੌਸਮ ਜਿਵੇਂ ਦਾ ਹੋਵੇ ਫਸਲ ਉਵੇਂ ਦੀ ਹੋ ਸਕਦੀ 23 ਤਰੀਕ ਨੂੰ ਵਿਭਾਗ ਮੌਸਮੀਅਤ ਔਰ ਸੂਰਤਿ ਹਾਲ ਦੱਸਣ ਵਾਲੇ ਲੋਕਾਂ ਨੇ ਦੱਸਿਆ ਹੈ ਵੀ 23 ਤਰੀਕ ਨੂੰ ਇਸ ਸਾਲ ਦਾ ਸਭ ਤੋਂ ਜ਼ਿਆਦਾ ਔਰ ਹੈਵੀ ਕੋਰਾ ਪੈਣਾ ਹੈ درجہ ਹਰਾਰਤ ਜਿਹੜਾ ਹੈ ਉਹ 1 ਡਿਗਰੀ ਸੈਂਟੀਗ੍ਰੇਡ 2 ਡਿਗਰੀ ਸੈਂਟੀਗ੍ਰੇਡ ਔਰ ਸ਼ਾਇਦ ਮਾਈਨਸ ਡਿਗਰੀ ਸੈਂਟੀਗ੍ਰੇਡ ਦੇ ਵਿੱਚ ਵੀ ਚਲਾ ਜਾਵੇ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਇਸ ਜਨਵਰੀ ਦੇ ਅੱਧ ਦੇ ਚ ਜਿਹੜਾ ਕੋਰਾ ਪਿਆ 5 ਦਿਨ ਉਨੇ ਪਾਕਿਸਤਾਨ ਦੀ ਸਾਰੀ ਦੀ ਸਾਰੀ ਆਲੂ ਦੀ ਫਸਲ ਖਤਮ ਕਰ ਦਿੱਤੀ ਆਲੂ 60 ਦਿਨ ਦਾ ਵੀ ਸੀ 70 ਦਿਨ ਦਾ ਵੀ ਸੀ 80 ਦਿਨ ਦਾ ਸੀ 90 ਦਿਨ ਦਾ ਸੀ ਜਿੰਨੇ ਦਿਨ ਦਾ ਵੀ ਸੀ ਉਹ ਸਾਰੇ ਦਾ ਸਾਰਾ ਡੈਮੇਜ ਹੋ ਗਿਆ ਖਤਮ ਹੋ ਗਿਆ ਸੜ ਗਿਆ ਔਰ ਉਹਦਾ ਸਰਵਾਈਵਲ ਜਿਹੜਾ ਹੈ ਅਗਰ ਅਸੀਂ ਵੇਖੀਏ ਤੇ 10% ਵੀ ਨਹੀਂ ਰਿਹਾ ਔਰ 10% ਹੋਏਗਾ ਤੇ ਉਹਦਾ ਫਾਇਦਾ ਕੋਈ ਨਹੀਂ ਅਸੀਂ ਵੇਖਿਆ ਲੋਕ ਸਪਰੇਅ ਕਰ ਰਹੇ ਹਨ ਲੇਕਰ ਉਹਦਾ ਫਾਇਦਾ ਕੋਈ ਨਹੀਂ ਹੁਣ 23 ਤਰੀਕ ਨੂੰ ਦੁਬਾਰਾ ਮਹਿਕਮਾ ਮੌਸਮੀਆਦ ਦੀ ਤਰਫੋਂ ਇਹ ਬਹੁਤ ਵੱਡੇ ਪੈਮਾਨੇ ਤੇ ਅਗਾ ਕੀਤਾ ਗਿਆ ਕਿ ਜਨਾਬ ਕੋਰਾ ਪੈਣਾ ਹੈ ਔਰ ਕੋਰਾ ਇਤਨਾ ਸ਼ਦੀਦ 2 ਦਿਨ ਪਵੇਗਾ ਜਿੰਦੇ ਨਾਲ ਬਹੁਤ ਸਾਰੀਆਂ ਫਸਲਾਂ متاثر ਹੋ ਸਕਦੀਆਂ ਔਰ 5 ਦਿਨ ਕੋਰਾ ਪੈਣਾ ਹੈ 2 ਦਿਨ ਸ਼ਦੀਦ ਪੈਣਾ ਹੈ 5 ਦਿਨ ਹਲਕਾ ਉਸ ਤੋਂ ਬਾਅਦ 3 ਦਿਨ ਪਿਛਲੇ ਕੋਰੇ ਦੇ ਵਿੱਚ ਮਟਰ ਜਿਹੜਾ ਹੈ ਸਾਡਾ ਇਹ ਮਟਰ ਵੀ 50 60 70 ਦਿਨ ਦਾ ਹੋਇਆ ਖੜਾ ਹੈ ਇਹ ਰੀਪਰੋਡਕਟਿਵ ਸਟੇਜ ਤੇ ਹੈ ਯਾਨੀ ਕਿ ਪੈਦਾਵਾਰੀ ਸਟੇਜ ਤੇ ਹੈ ਇਹਦੇ ਫੁੱਲ ਨਿਕਲ ਰਹੇ ਹਨ ਫਲੀਆਂ ਬਣ ਰਹੀਆਂ ਠੀਕ ਹੈ ਇਹ ਜਿਹੜਾ ਮੇਰੇ ਹੱਥ 'ਚ ਮਟਰ ਹੈ ਤੁਸੀਂ ਵੇਖ ਸਕਦੇ ਹੋ ਇਹਦੀ ਉਮਰ 50 60 ਦਿਨ ਦੀ ਹੋਣੀ ਹੈ ਇਸ ਟਾਈਮ ਦੇ ਵਿੱਚ ਕੋਰੇ ਨੇ ਹਾਲਾਂਕਿ ਮਟਰ ਇੱਕ ਸਖਤ ਜਾਨ ਪੌਦਾ ਹੈ ਕੋਰੇ ਨੇ ਇਹਨੂੰ ਵੀ متاثر ਕੀਤਾ ਹੈ متاثر ਕੋਰਾ ਕਿਵੇਂ ਕਰਦਾ ਹੈ ਕੋਰਾ متاثر ਕਰਦਾ ਹੈ ਕਿ ਇਹ ਜਿਹੜੇ ਇਹ ਜਿਹੜੇ ਪੱਤੇ ਹਨ ਇਹ ਪੱਤਿਆਂ ਦੇ ਉੱਤੇ ਜਦੋਂ ਕੋਰਾ ਜੰਮਦਾ ਹੈ ਜਦੋਂ ਬਰਫ਼ ਜੰਮਦੀ ਹੈ ਤੇ ਉਸ ਤੋਂ ਬਾਅਦ ਇਸ ਪੱਤੇ ਦਾ ਨਿਜ਼ਾਮ ਖਤਮ ਹੋ ਜਾਂਦਾ ਹੈ ਇਹ ਪੱਤਾ ਜਿਹੜਾ ਹੈ ਇਹ ਪੌਦੇ ਦੀ ਖੁਰਾਕ ਦੀ ਫੈਕਟਰੀ ਹੈ ਇਹਦੇ ਵਿੱਚ ਖੁਰਾਕ ਬਣ ਰਹੀ ਹੈ ਮੈਟਾਬੋਲਿਕ ਐਕਟੀਵਿਟੀ ਜਿਹੜੀ ਹੈ ਉਹ ਸਾਰਾ ਕੁਝ ਇਹਦੇ ਵਿੱਚ ਹੋ ਰਿਹਾ ਹੈ ਸਟੋਮੈਟਲ ਐਕਟੀਵਿਟੀ ਵੀ ਇਹਦੇ ਚ ਹੋ ਰਹੀ ਹੈ ਇਹ ਪੱਤੇ ਦੇ ਪਿਛਲੇ ਸਾਈਡ ਤੇ ਨਾ ਇਹ ਪਿਛਲੀ ਸਾਈਡ ਤੇ ਨਾ ਛੋਟੇ ਛੋਟੇ ਸੁਰਾਖ ਹੁੰਦੇ ਨੇ ਜਿਹਨੂੰ ਸਟੋਮੇਟਾ ਕਹਿੰਦੇ ਨੇ ਇਹ ਸਟੋਮੇਟਾ ਓਪਨ ਹੁੰਦੇ ਨੇ ਸੂਰਜ ਦੀ ਰੋਸ਼ਨੀ ਵਿੱਚ ਤੇ ਆਪਣੀ ਖੁਰਾਕ ਬਣਾਉਣ ਦਾ ਅੰਮਲ ਉਹਦਾ ਚੱਲਦਾ ਹੈ ਲੇਕਿਨ ਜਦੋਂ ਇਹਦੇ ਉੱਤੇ ਬਰਫ਼ ਪੈ ਜਾਂਦੀ ਹੈ ਇੱਕ ਤੇ ਬਰਫ਼ ਤੁਹਾਨੂੰ ਪਤਾ ਹੈ ਕਿ درجہ ਹਾਰ ਹਰ ਜ਼ਿਆਦਾ ਹੋਵੇ ਬਰਫ਼ ਜਿਹੜੀ ਹੈ ਉਹ ਇਨਸਾਨ ਦਾ ਜਿਸਮ ਹੋਵੇ ਜਾਂ ਪੌਦਾ ਹੋਵੇ ਉਹਨੂੰ ਸਾੜ ਦਿੰਦੀ ਹੈ ਗਾਲ ਦਿੰਦੀ ਹੈ ਉਹਦਾ ਸਾਰਾ ਨਿਜ਼ਾਮ ਉਤਸਰ ਕਰ ਦਿੰਦੀ ਹੈ ਔਰ ਪੌਦਾ ਜਿਹੜਾ ਹੈ ਉਹ ਰੀਪਰੋਡਕਟਿਵ ਸਟੇਜ ਤੇ ਹੈ ਇਸ ਟਾਈਮ ਦੇ ਵਿੱਚ ਇਹਨੂੰ ਖੁਰਾਕ ਦੀ ਬੇहद ਜ਼ਰੂਰਤ ਹੈ ਕਿਉਂਕਿ ਫੁੱਲ ਕੱਢ ਰਿਹਾ ਹੈ ਔਰ ਫੁੱਲਾਂ ਤੋਂ ਬਾਅਦ ਫਲੀਆਂ ਦੀ ਤਰਫ ਜਾ ਰਿਹਾ ਹੈ ਇਸ ਟਾਈਮ ਦੇ ਵਿੱਚ ਅਗਰ ਇਹਨੂੰ ਝਟਕਾ ਪਵੇਗਾ ਤੇ ਉਹ جھਟਕਾ ਇਹਦੇ ਵਾਸਤੇ ਸੈਣਾ ਜਿਹੜਾ ਹੈ ਉਹ ਏਵੇਂ ਹੈ ਕਿ ਪੈਦਾਵਾਰ ਦੇ ਵਿੱਚ 10 ਤੋਂ 15 ਮਣ ਦਾ ਫਰਕ ਆ ਜਾਣਾ ਹੈ। ਜਾਂ 3 ਮਣ ਦਾ 4 ਮਣ ਦਾ 5 ਮਣ ਦਾ ਜਿੰਨਾ ਕਿਸੇ ਨੂੰ جھਟਕਾ ਪੈ ਗਿਆ ਪੌਦੇ ਨੂੰ ਉਹਦੇ 'ਚ ਆ ਜਾਣਾ ਹੈ। ਨਾਲ ਗੰਧਮ ਵੀ ਮੌਜੂਦ ਹੈ। ਗੰਧਮ ਜਿਹੜੀ ਹੈ ਵੈਸੇ ਤਾਂ ਇਹਦੇ ਬਾਰੇ ਇੱਕ ਗੱਲ ਮਸ਼ਹੂਰ ਕੀਤੀ ਹੋਈ ਹੈ ਗੰਧਮ ਦੇ ਬਾਰੇ ਕਿ ਗੰਧਮ ਵਾਸਤੇ ਕੋਰਾ ਜਿਹੜਾ ਹੁੰਦਾ ਹੈ ਉਹ ਘਿਓ ਦਾ ਬੋਰਾ ਹੁੰਦਾ ਹੈ। ਘੋਦ ਬੂਰਾ ਹੁੰਦਾ ਹੈ ਕਿ ਗੰਧਮ ਜਿਹੜੀ ਹੈ ਉਹ ਟਾਂਡਾ ਬਣਾਉਂਦੀ ਹੈ ਜ਼ਿਆਦਾ ਸ਼ਾਖਾਂ ਬਣਾਉਂਦੀ ਹੈ ਔਰ ਜ਼ਿਆਦਾ ਸ਼ਾਖਾਂ ਬਣਾਉਣ ਦੀ وجہ ਨਾਲ ਉਹਦੇ ਤੇ ਸਿੱਟੇ ਜ਼ਿਆਦਾ ਲੱਗਦੇ ਹਨ ਇਹ ਵੇਖੋ ਹੁਣ ਤੱਕ ਇਹਨੀਆਂ ਸ਼ਾਖਾਂ ਜਿੰਨੀਆਂ ਮੈਂ ਬਣ ਗਈਆਂ ਉਹ ਬੜੀਆਂ ਬਿਹਤਰੀਨ ਹਨ ਔਰ ਇਹ ਗੰਧਮ ਜਿਹੜੀ ਹੈ ਬੜੀ ਅੱਛੇ ਤਰੀਕੇ ਨਾਲ ਬੜਾ ਅੱਛਾ ਇਹਨਾਂ ਦਾ ਗ੍ਰੋਥ ਹੈ ਬੜੀ ਅੱਛੀ ਇਹਦੀ ਹਾਈਟ ਹੈ ਔਰ ਇਹ ਆਪਦੀ ਪੈਨਿਕਲ ਇਨੀਸ਼ੀਏਸ਼ਨ ਸਟੇਜ ਦੇ ਉੱਤੇ ਮੌਜੂਦ ਹੈ ਇਹ ਦੋਵੇਂ ਫਸਲਾਂ ਜਿਹੜੀਆਂ ਆਣ ਆਣ ਵਾਲੇ ਕੋਰੇ ਤੋਂ ਅਸੀਂ ਕਿਵੇਂ ਬਚਾਣੀਆਂ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗਾ ਕਿਉਂਕਿ ਜਦੋਂ ਅਸੀਂ ਆਪਦੇ ਆਣ ਵਾਲਿਆ ਜਿਹੜੇ ਸਾਡਾ ਦੁਸ਼ਮਣ ਹੈ ਉਹਦਾ ਅਸੀਂ ਇੱਕ ਟਾਈਮ ਦੇ ਵਿੱਚ ਉਹਦੇ ਆਉਣ ਤੋਂ ਪਹਿਲੇ ਉਹਦਾ ਕੁਝ ਨਾ ਕੁਝ ਬੰਦੋਬਸਤ ਨਹੀਂ ਕਰਾਂਗੇ ਤੇ ਅਸੀਂ ਉਹਨਾਂ ਨਾਲ ਲੜ ਨਹੀਂ ਸਕਾਂਗੇ ਔਰ ਸਾਨੂੰ ਪਤਾ ਹੈ ਕਿ ਦੋ ਦਿਨ ਬਾਅਦ ਕੋਰਾ ਪੈਣ ਵਾਲਾ ਹੈ ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਦਾ ਤਿਆਰਕ ਕਰਨ ਵਾਸਤੇ ਪਹਿਲੇ ਤੂੰ ਇਹਨੂੰ ਸਪਰੇਅ ਕਰ ਦੇਈਏ ਇਹਨੂੰ ਤਾਕਤਵਰ ਸਪਰੇਅ ਕਰ ਦੇਈਏ ਅਮਾਇਨੋ ਐਸਿਡ ਜਿਹੜਾ ਹੈ ਉਹ ਇੱਕ ਐਸੀ ਚੀਜ਼ ਹੈ ਕਿ ਜਿਹੜੇ ਪੌਦਿਆਂ ਤੋਂ ਤੇ ਜਾਨਵਰਾਂ ਤੋਂ ਐਕਸਟ੍ਰੈਕਟ ਕੀਤੇ ਹੋਏ ਕੁਝ ਐਸੈਂਸ਼ੀਅਲਸ ਮਟੀਰੀਅਲ ਹੁੰਦਾ ਹੈ ਜਾਂ ਕਹਿ ਲਓ ਕੋਈ ਸੈਪਸ ਹੁੰਦੀਆਂ ਹਨ ਜਾਂ ਕੋਈ ਕੋਈ ਜੂਸ ਹੁੰਦਾ ਹੈ ਜਿਹੜਾ ਪੌਦੇ ਨੂੰ ਬਾਅਦ ਵਿੱਚ ਲਗਾਈਏ ਤੇ ਪੌਦਾ ਕੀ ਕਰਦਾ ਹੈ ਮੌਸਮੀ ਅਸਰਾਂ ਤੋਂ ਬਚਦਾ ਹੈ ਬਿਮਾਰੀਆਂ ਤੋਂ ਬਚਦਾ ਹੈ ਉਹਨੂੰ ਗਰੋਥ ਨੂੰ ਦੀ ਰੈਗੂਲੇਟ ਰਹਿੰਦੀ ਹੈ ਇਸ ਵਾਸਤੇ ਜਿਹੜਾ ਅਮੀਨੋ ਐਸਿਡ ਦਾ ਸਪਰੇ ਹੈ ਉਹ ਇਹਨਾਂ ਦੋਵਾਂ ਚੀਜ਼ਾਂ ਨੂੰ ਦੋਵਾਂ ਫਸਲਾਂ ਨੂੰ ਮਟਰਾਂ ਨੂੰ ਤੇ ਗੰਧਮ ਨੂੰ ਬਚਾ ਸਕਦਾ ਹੈ ਅਮੀਨੋ ਐਸਿਡ ਬਹੁਤ ਸਾਰੇ ਅੱਛੇ ਵੀ ਮੌਜੂਦ ਹਨ ਤੁਸੀਂ ਦੁਕਾਨ ਤੋਂ ਪਤਾ ਕਰੋਗੇ ਤੁਹਾਨੂੰ ਬੇਸ਼ੁਮਾਰ ਅਮੀਨੋ ਐਸਿਡ ਅੱਛੇ ਮਿਲਣਗੇ ਅਮੀਨੋ ਐਸਿਡ ਕਰਦੇ ਕੀ ਹੈ ਕਿ ਗਰੋਥ ਜਿਹੜੀ ਹੈ ਇਹਨੂੰ ਰੈਗੂਲੇਟ ਕਰ ਦੇਣ ਇਹਨੂੰ ਮੌਸਮੀ ਅਸਰਾਂ ਤੋਂ ਬਚਾ ਦੇਣ ਔਰ ਆਣ ਵਾਲਾ ਜਿਹੜਾ ਕੋਰਾ ਹੈ ਉਹਦੇ ਤੋਂ ਪਹਿਲੇ-ਪਹਿਲੇ 500 ਐਮਐਲ ਜਿਹੜਾ ਹੈ ਕੋਈ ਵੀ ਅਮੀਨੋ ਐਸਿਡ ਜਿਹੜਾ ਹੈ ਉਹ ਆਪਣਾ ਸਪਰੇਅ ਕਰ ਦਿਓ ਮਟਰਾਂ ਤੇ ਵੀ ਤੇ ਗੰਧਮ ਤੇ ਵੀ ਠੀਕ ਹੈ ਔਰ ਅਗਰ ਅਸੀਂ ਇਹਨਾਂ ਨੂੰ ਬਚਾਵਾਂਗੇ ਤਾਂ ਅਸੀਂ ਅੱਛੀ ਪੈਦਾਵਾਰ ਲਵਾਂਗੇ ਔਰ ਆਲੂ ਜਿਹੜੇ ਸਾਡੇ ਕੋਲ ਬਚ ਗਏ ਨੇ ਜਾਂ ਕਿਹੜੇ ਦੋਸਤਾਂ ਨੇ ਬੀਜ ਦੀ ਨਿਯਤ ਨਾਲ ਕ੍ਰੇਟਸ ਲਗਾਏ ਹੋਣ ਉਨ੍ਹਾਂ ਦੇ ਉੱਤੇ ਵੀ ਇਹ ਮਾਈਨੋਇਸਟ ਦਾ ਸਪਰੇਅ ਕਰੋ ਔਰ ਨਾਲ ਪोटाश ਮਿਲਾ ਲਓ ਤਾਂ ਕਿ ਅਸੀਂ ਇਹਨਾਂ ਪੌਦਿਆਂ ਨੂੰ ਔਰ ਇਹਨਾਂ ਫਸਲਾਂ ਨੂੰ ਬਚਾ ਕੇ ਇੱਕ ਆਉਣ ਵਾਲੇ ਦਿਨਾਂ 'ਚ ਜਿਹੜੀ ਦੁਨੀਆ ਦੇ ਵਿੱਚ ਖੁਰਾਕ ਦੀ ਸ਼ਾਰਟੇਜ ਆ ਰਹੀ ਹੈ ਉਹਨਾਂ ਦੇ ਤੋ ਬਚਾ ਸਕੀਏ ਮੈਂ ਉਮੀਦ ਕਰਨਾ ਕਿ ਵੀਡੀਓ ਜਿਹੜੀ ਹੈ ਉਹ ਤੁਹਾਡੇ ਵਾਸਤੇ ਫਾਇਦਾਮੰਦ ਸਾਬਤ ਹੋਏਗੀ ਔਰ ਐਗਰੀ ਖ਼ਬਰ ਨੂੰ ਸਬਸਕ੍ਰਾਈਬ ਕਰਦੇ ਹੋ ਔਰ ਦੂਸਰੇ ਲੋਕਾਂ ਨਾਲ ਵੀ ਸ਼ੇਅਰ ਕਰਦੇ ਹੋ ਤਾਂ ਕਿ ਅਸੀਂ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚਾ ਸਕੀਏ